ਪਿਆਰੇ ਬੱਚਿਓ, ਮੈਂ ਤੁਹਾਡੀ ਆਪਣੀ ਅਧਿਆਪਕਾ ਰੇਨੂ ਕੌਸ਼ਲ। ਅੱਜ ਸਰਕਾਰ ਨੇ ਜਿਹੜਾ ਸਾਨੂੰ ਟੌਪਿਕ ਦਿੱਤਾ ਹੈ ਉਹ ਹੈ FLN। FLN ਦਾ ਮਤਲਬ ਹੈ ਫਾਊਂਡੇਸ਼ਨਲ ਲਿਟਰੇਸੀ ਐਂਡ ਨਿਊਮਰੇਸੀ। ਸਰਕਾਰ ਕੀ ਚਾਹੁੰਦੀ? ਸਰਕਾਰ ਚਾਹੁੰਦੀ ਕਿ ਭਾਰਤ ਦੇ ਜਿੰਨੇ ਵੀ ਬੱਚੇ ਹੈ, ਖਾਸ ਕਰ ਜਿਹੜੇ ਪਹਿਲੀ ਤੋਂ ਲੈ ਕੇ ਤੀਜੀ ਕਲਾਸ ਤੱਕ ਦੇ, ਉਹਨਾਂ ਨੂੰ ਭਾਸ਼ਾ ਦੇ ਕੌਸ਼ਲ ਆ ਜਾਣ, ਪੜ੍ਹਨਾ ਔਰ ਲਿਖਣਾ, ਤਾਂ ਕਿ ਉਹ ਆਪਣੀ ਗੱਲ ਜਦੋਂ ਕਿਸੇ ਬੰਦੇ ਨਾਲ ਕਰਨ ਤਾਂ ਆਪਣੀ ਗੱਲ ਰੱਖ ਸਕਣ, ਬੱਚਾ ਕਿਆ ਕਹਿਣਾ ਚਾਹੁੰਦਾ ਕਿ ਸਾਹਮਣੇ ਵਾਲਾ ਸਮਝ ਸਕੇ। ਤੇ ਦੂਜੇ ਪਾਸੇ ਉਹਨਾਂ ਨੂੰ ਗਣਿਤ ਦੀਆਂ ਛੋਟੀਆਂ ਛੋਟੀਆਂ ਸੰਖਿਆਵਾਂ, ਗਣਿਤ ਦਾ ਛੋਟਾ ਛੋਟਾ ਗਿਆਨ, ਉਹ ਇੰਨੀ ਕੁ ਮੁਹਾਰਤ ਹਾਸਲ ਹੋ ਜਾਵੇ ਕਿ ਜੇਕਰ ਬੱਚਾ ਬਾਜ਼ਾਰ ਜਾਵੇ ਤਾਂ ਸਮਾਨ ਖਰੀਦ ਕੇ ਲਿਆ ਸਕੇ। ਗਣਿਤ ਦੀਆਂ ਛੋਟੀਆਂ ਛੋਟੀਆਂ ਸੰਖਿਆਵਾਂ ਦਾ ਇੰਨਾ ਕੁ ਗਿਆਨ ਹੋ ਜਾਵੇ ਕਿ ਜਿਹੜੇ ਜ਼ਰੂਰੀ ਕੰਮ ਹੈ ਬੱਚਾ ਆਪਣੇ ਉਹ ਕਰ ਸਕੇ। ਭਾਰਤ ਸਰਕਾਰ ਨੇ ਇਸ ਚੀਜ਼ ਵਿੱਚ ਬੱਚਿਆਂ ਨੂੰ ਨਿਪੁੰਨ ਬਣਾਉਣ ਲਈ ਪੁੱਤ ਕਰੋੜਾਂ ਰੁਪਏ ਖਰਚ ਦਿੱਤੇ। ਟੀਚਰਾਂ ਦੇ ਸੈਮੀਨਾਰ ਲੱਗ ਰਹੇ, ਤੁਹਾਡੇ ਲਈ ਵਧੀਆ ਵਧੀਆ ਜਿਹੜਾ ਪੜ੍ਹਨ ਦਾ ਮਟੀਰੀਅਲ ਆ ਰਿਹਾ। ਤਾਂ ਸਰਕਾਰ ਆਪਣੀ ਰਾਸ਼ਟਰੀ ਸਿੱਖਿਆ ਨੀਤੀ 2020 ਦੇ ਅਨੁਸਾਰ ਤੁਹਾਡੇ ਵਿੱਚ ਇਹ ਜਿਹੜੀਆਂ ਨਿਪੁੰਨਤਾਵਾਂ ਲਿਆਉਣ ਲਈ ਵਚਨਬੱਧ ਹੈ, ਉਸੇ ਤਰੀਕੇ ਨਾਲ ਤੁਸੀਂ ਵੀ ਆਪਣੀ ਮਿਹਨਤ ਕਰਕੇ ਇਸ ਪ੍ਰੋਜੈਕਟ ਨੂੰ ਅੱਗੇ ਲੈ ਕੇ ਆਉਣਾ। ਮੰਜੁਲ ਭਾਰਗਵ ਹੈ, ਮੈਥ ਦੇ ਮਾਹਿਰ ਹੈ ਉਹ, ਗਣਿਤ ਦੇ। ਉਹਨਾਂ ਨੇ ਕਿਹਾ ਜੇਕਰ ਬੱਚਾ ਆਪਣੇ ਬੇਸਿਕ ਕਨਸੈਪਟ ਨਹੀਂ ਸਿੱਖਦਾ ਤਾਂ ਸਾਰੀ ਉਮਰ ਬੱਚਾ ਪਿੱਛੇ ਰਹਿ ਜਾਂਦਾ। ਇਸ ਲਈ ਸਰਕਾਰ ਨੇ ਤੁਹਾਡੇ ਬੇਸਿਕ ਕਨਸੈਪਟ ਕਲੀਅਰ ਕਰਨ ਲਈ FLN ਚਲਾਇਆ ਤੇ ਅਸੀਂ ਇਹਦੇ ਅੰਡਰ ਅੱਜ ਕੱਲ੍ਹ ਕੰਮ ਕਰ ਰਹੇ। ਤੁਸੀਂ ਵੀ ਤਨਦੇਹੀ ਨਾਲ ਆਪਣੇ ਭਾਸ਼ਾ ਦੇ ਕੌਸ਼ਲ ਔਰ ਗਣਿਤ ਦੇ ਜਿਹੜੇ ਛੋਟੇ ਛੋਟੇ ਕਨਸੈਪਟ ਹੈ ਇਹ ਸਿੱਖਣੇ ਹੈ। ਵਾਅਦਾ ਹੈ ਨਾ, ਵਾਅਦਾ ਕਰੋ, ਹੈ ਨਾ? ਵੈਰੀ ਗੁੱਡ, ਥੈਂਕ ਯੂ।